ਕੋਰੋਨਾ ਕਾਲ ਤੋਂ ਬਾਅਦ ਜਿੱਥੇ ਹਰ ਪਾਸੇ ਮੰਦੀ ਦਾ ਦੌਰ ਹੈ ਅਤੇ ਸਰਕਾਰਾਂ ਵੱਲੋਂ ਵੀ ਲੋਕਾਂ ਨੂੰ ਸਵੈ ਰੋਜ਼ਗਾਰ ਕਰਨ ਦੀਆਂ ਸਲਾਹਾਂ ਦਿੱਤੀਆਂ ਜਾ ਰਹੀਆਂ ਨੇ, ਪਰ ਸੂਬੇ ਵਿੱਚ ਅਮਨ ਕਾਨੂੰਨ ਦੇ ਹਾਲਾਤ ਇਸ ਕਦਰ ਮਾੜੇ ਹਨ ਕਿ ਹੁਣ ਇਹ ਵੀ ਸੰਭਵ ਨਜ਼ਰ ਨਹੀਂ ਆ ਰਿਹਾ। ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਮੱਖੂ ਨੇੜਲੇ ਪਿੰਡ ਜ਼ਿਲ੍ਹਾ ਚੌਂਕੀ ਤੋਂ ਇੱਕ ਨੌਜਵਾਨ ਜੋ ਕਿ ਟੈਕਸੀ ਚਲਾਉਣ ਦਾ ਕੰਮ ਕਰਦਾ ਸੀ ਅਤੇ ਸਵਾਰੀ ਬਣ ਕੇ ਆਏ ਲੋਕਾਂ ਹੱਥੋਂ ਹੀ ਕਤਲ ਹੋ ਗਿਆ। ਕੀ ਹੈ ਪੂਰਾ ਮਾਮਲਾ, ਆਓ ਦੇਖਦੇ ਹਾਂ। ਮ੍ਰਿਤਕ ਨੌਜਵਾਨ ਸੁਖਵਿੰਦਰ ਸਿੰਘ ਮੱਖੂ ਨੇੜਲੇ ਪਿੰਡ ਜ਼ਿਲ੍ਹਾ ਚੌਂਕੀ ਦਾ ਰਹਿਣ ਵਾਲਾ ਸੀ ਅਤੇ ਮੱਖੂ ਟੈਕਸੀ ਸਟੈਂਡ 'ਤੇ ਸਿਫਟ ਕਾਰ ਚਲਾਉਣ ਦਾ ਕੰਮ ਕਰਦਾ ਸੀ, ਜਿਸ ਦੀ ਤਨਖਾਹ ਨਾਲ ਆਪਣੇ ਬੱਚਿਆਂ ਦਾ ਪੇਟ ਪਾਲ ਰਿਹਾ ਸੀ। ਬੀਤੀ ਸ਼ਾਮ ਦੋ ਅਣਪਛਾਤੇ ਵਿਅਕਤੀ ਸੁਖਵਿੰਦਰ ਸਿੰਘ ਦੀ ਕਾਰ ਕੋਲ ਆਏ, ਕੋਟ ਈਸੇ ਖਾਂ ਲਈ ਕਿਰਾਏ 'ਤੇ ਲੈ ਗਏ ਅਤੇ ਰਸਤੇ ਵਿੱਚ ਉਸ ਦਾ ਕਿਸੇ ਤੇਜ਼ ਤਾਰ ਹਥਿਆਰ ਨਾਲ ਕਤਲ ਕਰਕੇ ਉਸ ਤੋਂ ਕਾਰ ਖੋ ਕੇ ਫਰਾਰ ਹੋ ਗਏ। ਸੁਖਵਿੰਦਰ ਦੀ ਲਾਸ਼ ਅੱਜ ਸਵੇਰੇ ਪੀਰ ਮੁਹੰਮਦ ਤੋਂ ਅੰਮੀਵਾਲਾ ਲਿੰਕ ਰੋਡ ਤੋਂ ਮਿਲੀ ਹੈ। ਮ੍ਰਿਤਕ ਦੇ ਮੂੰਹ 'ਤੇ ਖੂਨ ਦੇ ਨਿਸ਼ਾਨ ਵੀ ਹਨ। ਇਸ ਬਾਰੇ ਜਦ ਥਾਣਾ ਮੱਖੂ ਦੇ SHO ਦਵਿੰਦਰ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ ਅਤੇ ਰੋਡ 'ਤੇ ਪਿੰਡ ਵਿੱਚ ਲੱਗੇ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਪੁਲਿਸ ਵੱਲੋਂ ਤਸਤੀਸ਼ ਜਾਰੀ ਹੈ, ਜਲਦੀ ਤੋਂ ਜਲਦੀ ਗੱਡੀ ਦੇ ਦੋਸ਼ੀ ਫੜ ਲਏ ਜਾਣਗੇ। ਫਿਰੋਜ਼ਪੁਰ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ। ਸਾਨੂੰ ਪਤਾ ਲੱਗਿਆ 10:30 ਵੀ ਰਾਤੀ 8 ਮੱਖੂ ਸਟੈਂਡ ਤੋਂ ਗੱਡੀ ਗਈ ਆ, ਦੋ ਬੰਦੇ ਜਿਹੜੇ ਗੱਡੀ ਕਰਾ ਕੇ ਲਗਾਏ ਆ ਅਤੇ ਇਹ ਪਿੰਡ ਆਪਣੇ ਪਿੰਡ ਤੋਂ ਗੁੱਡੀ ਆ ਸਾਡੀ ਆਪਦੀ ਆ, ਪ੍ਰਾਹੁਣਾ ਹੀ ਸੀਗਾ ਅਤੇ ਇਹਨਾਂ ਨੇ ਜਦੋਂ ਗੱਡੀ ਉੱਥੋਂ ਕਰਵਾ ਕੇ ਲਗਾਏ ਨੇ ਅਤੇ 7:30 ਇਹਦੇ ਨਾਲ ਗੱਲ ਹੋਈ ਫੋਨ 'ਤੇ ਦੁਬਾਰਾ, ਫਿਰ ਇਹਨਾਂ ਗੱਲ ਕੀਤੀ ਮੁੰਡੇ ਛੋਟੇ ਨਾਲ, ਕਹਿੰਦਾ ਵੀ ਮੈਂ ਲਹਿਰੇ ਕੋਲ ਪਹੁੰਚ ਗਿਆ। ਉਸ ਤੋਂ ਬਾਅਦ ਨੰਬਰ ਬੰਦ ਹੋ ਗਿਆ, ਫਿਰ ਦੁਬਾਰਾ ਨੰਬਰ ਚਾਲੂ ਕੀਤਾ ਇਹਨਾਂ ਨੇ। ਇਹਦੀ ਡੈੱਡ ਬੋਡੀ ਜਿਹੜੀ ਜਦੋਂ ਆਪਾਂ ਪੀਰ ਮੁਹੰਮਦ ਤੋਂ ਨਿਕਲਦੇ ਹਾਂ ਅਮੀ ਵਾਲੇ ਨੂੰ, ਉੱਥੇ ਬਾਹਰ ਹਵੇਲੀਆਂ ਦੇ ਕੋਲ ਇਹਦੀ ਸਾਈਡ 'ਤੇ ਡੈੱਡ ਬੋਡੀ ਪਈ ਸੀਗੀ। ਸੁਬਾਹ ਜਦੋਂ ਸਾਨੂੰ ਪਤਾ ਲੱਗਿਆ ਸੀ ਗਏ ਉੱਥੇ, ਪ੍ਰਸ਼ਾਸਨ ਪਹੁੰਚਿਆ ਸੀਗਾ ਅਤੇ ਜੋ ਵੀ ਕਾਰਵਾਈ ਬਣਦੀ ਉਹਨਾਂ ਕਰਕੇ ਅਤੇ ਡੈੱਡ ਬੋਡੀ ਸਰਕਾਰੀ ਹੋਸਪਿਟਲ ਜਿਹੜਾ ਆਪਣੇ ਜੀਰੇ ਉੱਥੇ ਲਿਆਉਂਦੀ ਹੈ। ਕੀ ਪ੍ਰਸ਼ਾਸਨ ਤੋਂ ਮੰਗਦਾ? ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਵੀ ਜਿਹੜੇ ਇਹੋ ਜਿਹੇ ਅਣਪਛਾਤੇ ਬੰਦੇ ਨਾਲ ਨਿਕੇਲ ਕੀਤੀ ਜਾਵੇ ਅਤੇ ਜਿਹੜੀ ਬਣਦੀ ਕਾਰਵਾਈ ਇਹਨਾਂ 'ਤੇ ਹੋਵੇ ਅਤੇ ਪਰਿਵਾਰ ਨੂੰ ਇਨਸਾਫ ਲੈ ਕੇ ਦਿੱਤਾ ਜਾਵੇ। ਰਣਜੀਤ ਸਿੰਘ ਕਾਰ ਮਾਲਕ ਅਤੇ ਆਪਣਾ ਜਿਹੜਾ ਡਰਾਈਵਰ ਹੈ ਜੀ ਗੁਰਵਿੰਦਰ ਸਿੰਘ ਸੁਖਵਿੰਦਰ ਸਿੰਘ ਸੋਰੀ ਮੇਰੇ ਜ਼ਿਆਦਾ ਉਹਦਾ ਨਾਂ ਹੀ ਗੁਰਵਿੰਦਰ ਹੀ ਮੂੰਹ 'ਤੇ ਆਉਂਦਾ ਅਤੇ ਉਹ ਜਿਹੜਾ ਹੈਗਾ ਵੀ ਸਟੈਂਡ 'ਤੇ ਗੱਡੀ ਕੱਲ੍ਹ ਉਹਦੇ ਕੋਲ ਬੁੱਕ ਕਰਨ ਵਾਸਤੇ ਆਏ ਆ ਦੋ ਬੰਦੇ, ਸੁਣਨ ਦੇ ਵਿੱਚ ਜਿੱਦਾਂ ਪਤਾ ਲੱਗਦਾ ਉਹ ਗੱਡੀ ਬੁੱਕ ਕਰਕੇ ਲੈ ਜਾਂਦੇ ਆ ਅਤੇ ਰਸਤੇ ਦੇ ਵਿੱਚ ਜਿਹੜਾ ਸਾਨੂੰ ਸਵੇਰੇ ਤੜਕੇ ਪਤਾ ਲੱਗਾ ਵੀ ਉਹਦੀ ਜਿਹੜੀ ਆ ਰਸਤੇ ਦੇ ਵਿੱਚ ਉਹਨੂੰ ਮਾਰ ਕੇ ਸਿੱਟ ਗਿਆ ਅਤੇ ਕਾਰ ਜਿਹੜੀ ਉਹ ਲੈ ਕੇ ਫਰਾਰ ਹੋ ਗਏ ਬੰਦੇ ਅਤੇ ਰਿਪੋਰਟ ਜਿਹੜੀ ਆ ਉਹ ਪੁਲਿਸ ਨੂੰ ਦੇ ਦਿੱਤੀ ਗਈ ਆ ਅਤੇ ਹੁਣ ਇੱਥੇ ਜੀਰੇ ਜਿਹੜਾ ਹੈਗਾ ਹੋਸਪਿਟਲ ਦੇ ਵਿੱਚ ਉਹਦੇ ਮੁਲਾਜ਼ੇ ਵਾਸਤੇ ਆਏ ਹੋਏ ਆ ਅਤੇ ਤਬਦੀਸ਼ ਚੱਲ ਰਹੀ ਆ। ਸਾਡੀ ਮੰਗ ਆ ਵੀ ਛੇਤੀ ਦੀ ਛੇਤੀ ਜਿਹੜੀ ਉਹ ਬੰਦਿਆਂ ਨੂੰ ਪਤਾ ਕੀਤਾ ਜਾਵੇ ਵੀ ਕਿਹੜੇ ਬੰਦਿਆਂ ਨੇ ਜਿਹੜੀ ਹਰਕਤ ਕੀਤੀ। ਟੈਕਸੀ ਸਟੈਂਡ ਮੱਖੂ ਦੇ ਵਿੱਚ ਦੋ ਨੌਜਵਾਨ ਆਏ ਸੀ, ਉਹਨਾਂ ਨੇ ਉੱਥੋਂ ਸੁਖਵਿੰਦਰ ਸਿੰਘ ਦੀ ਟੈਕਸੀ ਕਿਰਾਏ 'ਤੇ ਹਾਇਰ ਕੀਤੀ ਘੋੜੀ ਸਿੰਘਾਂ ਜਾਣ ਵਾਸਤੇ ਜੀ, ਅਤੇ ਰਸਤੇ ਦੇ ਵਿੱਚ ਹੀ ਉਹਨੂੰ ਉਹਦਾ ਮਰਡਰ ਕਰਕੇ ਅਤੇ ਟੈਕਸੀ ਜਿਹੜੀ ਉਹਦੀ ਖੋ ਕੇ ਲੈ ਗਏ। ਮੁਕੱਦਮਾ ਜਿਹੜਾ ਉਹਦੀ ਵਾਈਫ ਦੇ ਬਿਆਨ 'ਤੇ ਦਰਜ ਕੀਤਾ ਅਤੇ ਤਫਤੀਸ਼ ਜਾਰੀ ਹੈ, ਜਲਦੀ ਟਰੇਸ ਕਰ ਲਵਾਂਗੇ।